ਜਗਰਾਉਂ ਦੀ ਵਿਵਾਦਿਤ ਕੋਠੀ ਵਿੱਚ ਆਇਆ ਵੱਡਾ ਮੋੜ ਆਪਣੇ ਆਪ ਨੂੰ ਕੋਠੀ ਦਾ ਮਾਲਕ ਦੱਸਣ ਵਾਲੇ ਕਰਮ ਸਿੰਘ ਨੇ ਕਰਵਾਇਆ ਅਸ਼ੋਕ ਕੁਮਾਰ ਉੱਪਰ ਪਰਚਾ ਦਰਜ ਅਤੇ ਇਸ ਐਫਆਈਆਰ ਨੇ ਖੜੇ ਕੀਤੇ ਨੇ ਕਈ ਸਵਾਲ ਉਹਨਾਂ ਸਵਾਲਾਂ ਬਾਰੇ ਗੱਲਬਾਤ ਕਰਾਂਗੇ ਅੱਜ ਤੁਹਾਡੇ ਨਾਲ ਅੱਜ ਮਿਤੀ 19 6 2023 ਨੂੰ ਇੱਕ ਐਫਆਈਆਰ ਹੁੰਦੀ ਹੈ ਜੋ ਕਰਵਾਈ ਜਾਂਦੀ ਹੈ ਕਰਮ ਸਿੰਘ ਵੱਲੋਂ ਇਹੋ ਹੀ ਕਰਮ ਸਿੰਘ ਹੈ ਜੋ ਆਪਣੇ ਆਪ ਨੂੰ ਕੋਠੀ ਦਾ ਮਾਲਕ ਦੱਸਦਾ ਸੀ ਅਤੇ ਤੇ ਆਪਣੀ ਨੇਮ ਪਲੇਟ ਵੀ ਇਸਨੇ ਕੋਠੀ ਦੇ ਬਾਹਰ ਲਗਾਈ ਹੋਈ ਸੀ ਇਸਨੇ ਐਫ ਆਈ ਆਰ ਦੇ ਵਿੱਚ ਕਿਹਾ ਕਿ ਮੈਂ ਜੋ ਕੋਠੀ ਲਈ ਹੈ ਉਹ ਪਾਵਰ ਆਫ ਟਰਨੀ ਹੈ ਜੋ ਉਹ ਜਾਲੀ ਹੈ ਜੋ ਸ਼ੋਕ ਕੁਮਾਰ ਨੇ ਪਾਵਰ ਆਫ ਟਰਨੀ ਸੀ ਕਰਵਾਈ ਉਹ ਜਾਲੀ ਨਿਕਲੀ ਮਜਦ ਜਾਂਚ ਕੀਤੀ ਤਾਂ ਤਾਂ ਇਸ ਤੋਂ ਇੱਕ ਵੱਡਾ ਸਵਾਲ ਇਹ ਖੜਾ ਹੋ ਚੁੱਕਿਆ ਕਿ ਜੋ ਕੋਠੀ ਹੈ ਉਸ ਦਾ ਅਸਲ ਮਾਲਕ ਐਨ ਆਰ ਆਈ ਪਰਿਵਾਰ ਹੈ ਦੂਸਰਾ ਸਵਾਲ ਜੋ ਖੜਾ ਕੀਤਾ ਉਹ ਇਹ ਹੈ ਕਿ ਉਸਨੇ ਐਫ ਆਈ ਆਰ ਦੇ ਵਿੱਚ ਆਖਿਆ ਕਿ ਜੋ ਸ਼ੋਕ ਕੁਮਾਰ ਹੈ ਉਦੇਸ਼ ਭੱਜ ਸਕਦਾ ਏ ਤਾਂ ਇਹ ਵੱਡਾ ਸਵਾਲ ਹੈ ਕਿ ਉਸ ਨੂੰ ਕਿਵੇਂ ਪਤਾ ਸੀ ਕਿ ਅਸ਼ੋਕ ਕੁਮਾਰ ਵਿਦੇਸ਼ ਭੱਜ ਜਾਵੇਗਾ ਕੁਝ ਲੋਕਾਂ ਨੇ ਇੱਥੇ ਵੀ ਕਹਿਣਾ ਕਿ ਇਹ ਸਾਰਾ ਕੁਝ ਇੱਕ ਪਲਾਨ ਦੇ ਤਹਿਤ ਹੋਇਆ ਹੈ ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਹੈ ਕਿ ਉਹਨਾਂ ਨੇ ਅਸ਼ੋਕ ਕੁਮਾਰ ਨੂੰ ਪਹਿਲਾਂ ਵਿਦੇਸ਼ ਭਜਾ ਦਿੱਤਾ ਅਤੇ ਹੁਣ ਐਫਆਈਆਰ ਕਰਵਾ ਦਿੱਤੀ ਦੱਸ ਦਈਏ ਕਿ ਅਸ਼ੋਕ ਕੁਮਾਰ ਇਸ ਵਕਤ ਭਾਰਤ ਛੱਡ ਕੇ ਭੱਜ ਚੁੱਕਿਆ ਏ ਲੋਕਾਂ ਨੇ ਇਹ ਵੀ ਕਹਿਣਾ ਕਿ ਇੱਕ ਠੱਗ ਵੱਲੋਂ ਦੂਜੇ ਠੱਗ ਉੱਪਰ ਕਾਰਵਾਈ ਕਰਵਾਉਣ ਦੀ ਜੋ ਨਟੰਕੀ ਆ ਉਹ ਕੀਤੀ ਜਾ ਰਹੀ ਹੈ ਕਿਉਂਕਿ ਸ਼ੋਕਮਾਰ ਉਸ ਵਕਤ ਭਾਰਤ ਦੇ ਵਿੱਚ ਨਹੀਂ ਆ। ਤੀਸਰਾ ਸਵਾਲ ਐਸ ਫਆਰ ਨੇ ਜੋ ਖੜਾ ਕੀਤਾ ਉਹ ਇਹ ਹੈ ਕਿ ਜੋ ਕਰਮ ਸਿੰਘ ਨੇ ਆਖਿਆ ਕਿ ਜੋ ਮੈ ਕੋਠੀ ਦੀ ਰਜਿਸਟਰੀ ਕਰਵਾਈ ਸੀ ਉਹ ਹੋਈ ਸੀ 21 5 2023 ਨੂੰ ਇਹ ਪਹਿਲਾਂ ਇੱਕ ਲੱਗਦਾ ਸੀ ਕਿ ਫੋਅਲ ਲੇਕਿਨ ਹੁਣ ਸ਼ੋਕਮਾਰ ਦੇ ਚੋ ਇਲਜ਼ਾਮ ਲਗਾਏ ਨੇ ਕਰਮ ਸਿੰਘ ਨੇ ਉਸ ਵਿੱਚ ਆਖਿਆ ਗਿਆ ਕਿ 21 5 2023 ਨੂੰ ਰਜਿਸਟਰੀ ਮੇਰੇ ਨਾਮ ਤੇ ਕਰਵਾਈ ਗਈ ਸੀ ਤਾਂ 21 5 2023 ਨੂੰ ਦੈਨ ਐਤਵਾਰ ਬਣਦਾ ਏ ਤਾਂ ਐਤਵਾਰ ਨੂੰ ਰਜਿਸਟਰੀ ਕਰਨ ਵਾਲੇ ਅਧਿਕਾਰੀਆਂ ਉੱਪਰ ਕਾਰਵਾਈ ਕੌਣ ਕਰੇਗਾ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਕੰਮ ਹੋ ਸਿਖਰਾਂ ਦੇ ਉੱਪਰ ਨੇ ਤਾਂ ਸਰਕਾਰ ਇਸ ਵਕਤ ਸੁੱਤੀ ਲੱਗਦੀ ਆ ਲੋਕਾਂ ਦੇ ਇਥੇ ਵੀ ਕਹਿਣਾ ਕਿ ਜੋ ਇਹ ਦੋਵੇਂ ਬੰਦੇ ਨੇ ਕਰਮ ਸਿੰਘ ਅਤੇ ਸ਼ੋਕ ਕੁਮਾਰ ਇਹ ਦੋਵੇਂ ਬੀਬੀ ਸਰਵਜੀਤ ਕੌਰ ਮਾਨੁਕੇ ਦੇ ਕਰੀਬੀ ਨੇ ਉਹਨਾਂ ਨੂੰ ਉਹਨਾਂ ਨਾਲ ਅਕਸਰ ਦੇਖਿਆ ਜਾਂਦਾ ਸੀ ਅਤੇ ਹੁਣ ਇਹਨਾਂ ਨੇ ਇੱਕ ਸਾਜ਼ਿਸ਼ ਕਰਕੇ ਸਾਰਾ ਪਲਾਨ ਬਣਾਇਆ ਕਿ ਹੁਣ ਅਸੀਂ ਫਸ ਚੁੱਕੇ ਹਾਂ ਕਿਉਂ ਨਾ ਹੋਣਾ ਇੱਕ ਉਪਰਕਾਰਵਾਈ ਕਰਵਾ ਕੇ ਉਸ ਨੂੰ ਵਿਦੇਸ਼ ਭੇਜ ਦਿੱਤਾ ਜਾਵੇ ਤਾਂ ਵਿਦੇਸ਼ ਭਜਾਉਣ ਦਾ ਜੋ ਵੱਡਾ ਸਵਾਲ ਉਸ ਨੇ ਐਫਆਈਆਰ ਦੇ ਵਿੱਚ ਖੜਾ ਕੀਤਾ ਉਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਸਾਰਾ ਕੁਝ ਇੱਕ ਪਲਾਨ ਦੇ ਮੁਤਾਬਕ ਹੋ ਰਿਹਾ ਹੈ ਤੇ ਜੋ ਅੱਜ ਐਫਆਈਆਰ ਹੋਈ ਆ ਉਹ ਵੀ ਰਾਤ ਦੇ 2 ਵਜੇ 18 ਮਿੰਟ ਤੇ ਕੱਟੀ ਜਾਂਦੀ ਆ ਇਹ ਵੀ ਇੱਕ ਵੱਡਾ ਸਵਾਲ ਖੜਾ ਕੀਤਾ ਜਾਂਦਾ ਹੈ ਕਿ ਹੁਣ ਜਦ ਲੱਗਿਆ ਉਹਨਾਂ ਨੂੰ ਕਿ ਹੁਣ ਅਸੀਂ ਸਾਰੇ ਫਸਾਂਗੇ ਤਾਂ ਕਿਉਂ ਨਾ ਇੱਕ ਨੂੰ ਫਸਾ ਕੇ ਉਸ ਨੂੰ ਬਚਾਵਾ ਦਿੱਤਾ ਜਾਵੇ ਕਿਉਂਕਿ ਉਸ ਨੂੰ ਵਿਦੇਸ਼ ਭਜਾ ਦਿੱਤਾ ਗਿਆ ਏ ਤੇ ਹੁਣ ਗੱਲ ਕਰਦੇ ਆ ਮਾਲ ਵਿਭਾਗ ਤੇ ਉਹਨਾਂ ਅਧਿਕਾਰੀਆਂ ਤੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਹੈ ਉਹਨਾਂ ਦੇ ਨਾਲ ਮਿਲ ਕੇ ਜੋ ਜਾਲੀ ਪਾਵਰ ਆਫ ਅਟਾਰਨੀ ਆ ਉਹ ਕਿਵੇਂ ਬਣੀ ਕਿਵੇਂ ਹੋਈ ਕਿਵੇਂ ਰਜਿਸਟਰੀ ਹੁੰਦੀ ਆ ਜਾਲੀ ਜੋ ਐਤਵਾਰ ਨੂੰ ਹੁੰਦੀ ਆ ਇਸ ਤੋਂ ਇੱਕ ਗੱਲ ਤਾਂ ਜ਼ਾਹਰ ਹੈ ਕਿ ਜੋ ਕੋਠੀ ਦਾ ਅਸਲ ਮਾਲਕ ਹੈ ਉਹ ਐਨ ਆਰ ਆਈ ਪਰਿਵਾਰ ਹੀ ਹੈ ਅਕਸਰ ਹੀ ਬੀਬੀ ਮਾਨੁਕੇ ਵੱਲੋਂ ਵੀ ਆਖਿਆ ਜਾਂਦਾ ਸੀ ਕਿ ਮੈਦਾ ਕੋਠੀ ਕਿਰਾਏ ਤੇ ਲਈ ਹੈ ਮੈਨੂੰ ਨਹੀਂ ਪਤਾ ਤਾਂ ਇਸ ਦਾ ਮਤਲਬ ਇਹ ਹੈ ਕਿ ਐਮ ਐਲ ਏ ਜੋ ਕੋਠੀ ਰੈਂਦੇ ਨੇ ਕੀ ਉਹ ਆਪਣੀ ਛਾਣ ਵੀ ਨਹੀਂ ਕਰਦੇ ਤੇ ਵੱਡਾ ਸਵਾਲ ਤੇ ਹੈ ਕਿ ਜੋ ਦੋਵੇਂ ਉਹ ਬੰਦੇ ਨੇ ਉਹਨਾਂ ਨੂੰ ਬੀਬੀ ਦੇ ਨਾਲ ਅਕਸਰ ਦੇਖਿਆ ਜਾਂਦਾ ਸੀ ਤੇ ਬੀਬੀ ਦੀ ਕਰੀਬੀ ਆਖਿਆ ਜਾਂਦਾ ਸੀ ਉਹਨਾਂ ਨੂੰ ਤਾਂ ਹੁਣੇ ਚਾਹੀਦਾ ਹੈ ਕਿ ਜੋ ਅਸਲ ਮਾਲਕ ਨੇ ਐਨ ਆਰ ਆਈ ਪਰਿਵਾਰ ਜੋ ਅਸਲ ਮਾਲਕ ਹੈ ਉਹਨਾਂ ਨੂੰ ਉਹਨਾਂ ਦੀ ਕੋਠੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਦੋਵਾਂ ਬੰਦਿਆਂ ਉੱਪਰ ਅਤੇ ਹੋਰ ਵੀ ਜਿਹੜੇ ਵੀ ਮਾਲ ਮਾਲ ਵਿਭਾਗ ਦੇ ਅਫਸਰ ਨੇ ਅਤੇ ਜੇਕਰ ਕੋਈ ਰਾਜਨੀਤਿਕ ਲੀਡਰ ਵੀ ਇਹਦੇ ਵਿੱਚ ਮੌਜੂਦ ਹੈ ਤਾਂ ਉਸ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਰਾ ਕੁਝ ਜਾਲੀ ਛੜਿਆੰਤਰ ਰੱਜ ਕੇ ਜੋ ਕੀਤਾ ਗਿਆ ਹੈ ਉਹ ਸ਼ਰਮਨਾਕ ਹੈ ਪੰਜਾਬ ਦੇ ਵਿੱਚ ਇਹਨਾਂ ਕੋਲ ਚੱਲ ਰਿਹਾ ਤੇ ਸਰਕਾਰ ਇਸ ਵਕਤ ਕਿੱਥੇ ਹੈ ਹਾਲੇ ਤੱਕ ਸਰਕਾਰ ਦੇ ਕਿਸੇ ਵੀ ਬੰਦੇ ਦਾ ਕੋਈ ਬਿਆਨ ਨਹੀਂ ਆਇਆ ਇਹ ਵੀ ਵੱਡੇ ਸਵਾਲ ਖੜੇ ਕਰਦਾ ਹੈ ਤਾਂ ਜਦ ਵੀ ਹੋਰ ਕੀ ਅਗਲੀ ਖਬਰ ਆਵੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਦੱਸ ਦਈਏ ਕਿ ਜੋ ਐਨ ਆਰਈ ਪਰਿਵਾਰ ਆ ਇਸ ਸਮੇਂ ਉਹ ਮਾਲਕ ਦੇਖ ਰਿਹਾ ਹੈ ਕਿ ਉਹ ਹੀ ਇਸ ਕੋਠੀ ਦਾ ਅਸਲ ਮਾਲਕ ਹੈ ਤੇ ਜੋ ਰਜਿਸਟਰੀ ਸੀ ਪਾਵਰ ਆਫ ਟਰਨਓ ਸਾਰਾ ਕੁਝ ਝਾਲੀ ਨਿਕਲਿਆ ਕਰਮ ਸਿੰਘ ਨੇ ਇਹ ਗੱਲਾਂ ਖੁਦ ਐਫ ਆਈ ਆਰ ਦੇ ਵਿੱਚ ਕਬੂਲੀਆਂ ਨੇ ਦੇਖਦੇ ਰਹੋ ਲੋਕਸ ਟੀਵੀ ਧੰਨਵਾਦ